ਜੀ ਮੇਰਾ ਨਾਮ ਹੈਗਾ ਸੰਜੀਵ ਗੋਇਲ ਜੀ, ਮੈਂ ਆਰਟੀ ਐਕਟਿਵ ਸਿਸਟਮ ਬਠਿੰਡਾ ਤੋਂ ਜੀ। ਅਤੇ ਇਹਦੇ ਵਿੱਚ ਮੈਂ ਇੱਕ ਜੇਲ੍ਹ ਦੇ ਅੰਦਰੋਂ ਮੋਬਾਈਲ ਮਿਲਣ, ਸਿਮ ਕਾਰਡ ਮਿਲਣ ਅਤੇ ਬੈਟਰੀਆਂ ਮਿਲਣ ਸੰਬੰਧੀ ਐਫ ਆਈ ਆਰ ਦਰਜ ਕਰਾਈ ਗਈਆਂ। ਉਸ ਸੰਬੰਧੀ ਇੱਕ ਸੂਚਨਾ ਕੈਂਟ ਥਾਣਾ ਬਠਿੰਡਾ ਤੋਂ ਮੰਗੀ ਗਈ ਸੀ, ਜਿਹਦੇ ਵਿੱਚ ਕਿ ਪਿਛਲੇ ਮੈਨੂੰ 5 ਸਾਲ ਦਾ ਲਗਭਗ ਰਿਕਾਰਡ ਦਿੱਤਾ ਗਿਆ। ਉਹਦੇ ਵਿੱਚ ਖੁਲਾਸੇ ਇਹ ਹੋਏ ਆ ਕਿ ਜਦੋਂ ਮੈਂ ਅੰਕੜੇ ਦੇਖੇ ਸਾਲ ਵਾਈ ਰਿਕਾਰਡ ਚੈੱਕ ਕੀਤਾ ਤਾਂ 248 ਮੋਬਾਈਲ ਪਿਛਲੇ 5 ਸਾਲ ਦੇ ਵਿੱਚ ਲਗਭਗ ਉੱਥੋਂ ਕੈਂਟ ਜੇਲ੍ਹ ਦੇ ਅੰਦਰੋਂ ਕੇਂਦਰੀ ਜੇਲ੍ਹ ਦੇ ਅੰਦਰੋਂ ਬਰਾਮਦ ਹੋਏ ਆ। ਅਤੇ ਜੇ ਆਪਾਂ ਬੈਟਰੀ ਦੀ ਗੱਲ ਕਰੀਏ, ਮੋਬਾਈਲ ਬੈਟਰੀ ਦੇ 150 ਮੋਬਾਈਲ ਦੀਆਂ ਬੈਟਰੀਆਂ ਬਰਾਮਦ ਹੋ ਚੁੱਕੀ ਹੈ ਪਿਛਲੇ 5 ਸਾਲ ਦੇ ਵਿੱਚ ਕਰੀਬ, ਅਤੇ 81 ਸਿਮ ਕਾਰਡ ਬਰਾਮਦ ਹੋ ਚੁੱਕਿਆ ਹੈ। ਅਤੇ ਉਸ ਦੇ ਵਿੱਚ ਜਦੋਂ ਮੈਂ ਪੁੱਛਿਆ ਗਿਆ ਸੀ ਵੀ ਐਫ ਆਈ ਆਰ ਕਿੰਨੀਆਂ ਦਰਜ ਕਰਾਈ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਕੋਲ, ਅਤੇ ਉਹਨਾਂ ਨੇ ਦੱਸਿਆ ਕਿ ਪਿਛਲੇ ਲਗਭਗ 5 ਸਾਲ ਦੇ ਵਿੱਚ 167 ਐਫ ਆਈ ਆਰ ਦਰਜ ਕਰਵਾਈ ਗਈਆਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ। ਕਿਉਂਕਿ ਉਹ ਇੰਨੀ ਵੱਡੀ ਗਿਣਤੀ 250 ਦੇ ਤਕਰੀਬਨ ਮੋਬਾਈਲ ਉੱਥੋਂ ਮਿਲਣਾ ਪਿਛਲੇ 5 ਸਾਲ ਦੇ ਵਿੱਚ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਵੀ ਐਡੀ ਵੱਡੀ ਜੇਲ੍ਹ, ਹਾਈ ਸਕਿਉਰਿਟੀ ਜੇਲ੍ਹ ਦੇ ਅੰਦਰ ਜੈਮਰ ਲੱਗੇ ਹੋਣ ਦੇ ਬਾਵਜੂਦ 250 ਦੇ ਤਕਰੀਬਨ ਮੋਬਾਈਲ ਉੱਥੋਂ ਮਿਲਣਾ ਕੋਈ ਆਮ ਗੱਲ ਨਹੀਂ। ਇੱਥੇ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਇਸ ਗੱਲ 'ਤੇ ਵੀ ਇੰਨਾ ਮੋਬਾਈਲ ਉੱਥੋਂ ਮਿਲਦੇ ਆ, ਇੰਨੇ ਸਿਮ ਕਾਰਡ ਮਿਲਦੇ ਆ, ਇੰਨੀਆਂ ਬੈਟਰੀਆਂ ਮਿਲ ਰਹੀਆਂ, ਕਿਵੇਂ ਉੱਥੇ ਪਹੁੰਚ ਰਹੇ ਆ ਅਤੇ ਕੀ ਉਹਨਾਂ 'ਤੇ ਅੱਜ ਤੱਕ ਐਕਸ਼ਨ ਲਿੱਤਾ ਗਿਆ। ਪਿਛਲੀਆਂ ਸਰਕਾਰਾਂ ਸਮੇਂ ਵੀ ਉਸੇ ਰੇਸ਼ੋ ਨਾਲ ਚੱਲ ਰਹੇ ਸੀ, ਮੋਬਾਈਲ ਅੰਦਰ ਪਹੁੰਚ ਰਹੇ ਸੀ, ਅਤੇ ਮੌਜੂਦਾ ਸਰਕਾਰ ਨੂੰ 1.5-2 ਸਾਲ ਹੋ ਗਏ ਅਤੇ ਉਸੇ ਹਿਸਾਬ ਨਾਲ ਮੋਬਾਈਲ ਅੰਦਰ ਜਾ ਰਹੇ ਆ ਜਾਂ ਉਦੋਂ ਮਿਲ ਰਹੇ ਆ ਮੋਬਾਈਲ, ਸਿਮ ਕਾਰਡ, ਬੈਟਰੀਆਂ। ਅਤੇ ਇਸ ਵਾਸਤੇ ਜਾਣੀ ਕਿ ਕੋਈ ਵੀ ਸਰਕਾਰ ਇਸ ਵਾਸਤੇ ਚੁਸਤ ਨਹੀਂ ਹੈ ਵੀ ਇਸੇ ਨੂੰ ਰੋਕ ਠੱਲ ਪਾ ਸਕੀਏ, ਕਿਉਂਕਿ ਇੱਥੇ ਜਿਹੜੀ ਕੇਂਦਰੀ ਜੇਲ੍ਹ ਬਠਿੰਡਾ ਹੈਗੀ, ਇੱਥੇ ਪੰਜਾਬ ਪੁਲਿਸ ਦੇ ਨਾਂ ਨਾਲ ਇੱਥੇ ਕੇਂਦਰ ਦਾ ਸੁਰੱਖਿਆ ਬਲ ਵੀ ਲਗਾਇਆ ਗਿਆ ਹੈ। ਅਤੇ ਹੁਣ 2-2 ਜਣੇ ਸਿਕਿਉਰਟੀ ਹੁੰਦੇ ਬਾਜੂ ਦੇ ਮੋਬਾਈਲ ਉੱਥੋਂ ਮਿਲਣੇ ਆਏ ਤਾਂ ਬਹੁਤ ਵੱਡੀ ਸੁਰੱਖਿਆ ਦੇ ਵਿੱਚ ਸੇਧ ਲੱਗਦੀ ਹੈ। ਇਹਦੇ ਵਿੱਚ ਵੀ ਇਹਦੇ ਵਿੱਚ ਪੂਰੀ ਜਾਂਚ ਪੜਤਾਲ ਕਰਕੇ ਇਹਨੂੰ ਦੇਖਣਾ ਚਾਹੀਦਾ ਵੀ ਕਿਉਂ ਮੋਬਾਈਲ ਮਿਲ ਰਹੇ ਆ ਅੰਦਰ, ਕਿੱਥੋਂ ਪਹੁੰਚਦੇ ਆ, ਕੌਣ ਪਹਿਚਾਣ ਵਾਲਾ ਇਹ 'ਚ, ਅਤੇ ਇਹਦੇ ਵਿੱਚ ਕਿਹਦੇ ਕਿਹਦਾ ਹੱਥ ਹੈ ਇਹਦੇ ਵਿੱਚ। ਦੇਖੋ ਗੈਂਗਸਟਰ ਬੰਦ ਹੈ, ਇਹੀ ਹੈ ਵੀ ਗੈਂਗਸਟਰਾਂ ਨੂੰ ਸ਼ਾਇਦ ਉਹ ਵੀ ਮੋਬਾਈਲਾਂ ਦਾ ਯੂਜ ਕਰਦੇ ਆ, ਕਿਉਂਕਿ ਮੋਬਾਈਲ ਉੱਥੋਂ ਕੰਟੀਨਿਊ ਮਿਲਦੇ ਰਹੇ ਆ। ਪਿੱਛੇ ਜੇ ਤੁਸੀਂ ਦੇਖਿਆ ਇੱਕ ਇੰਟਰਵਿਊ ਵੀ ਹੋਈ ਸੀ, ਉਹਦੇ ਵਿੱਚ ਲੋਕਾਂ ਦੀ ਸੂਈ ਹਾਲੇ ਸ਼ੱਕ ਦੀ ਸੂਈ ਬਠਿੰਡਾ ਦੀ ਸੈਂਟਰਲ ਜੇਲ੍ਹ 'ਤੇ ਘੁੰਮ ਰਹੀ ਹੈ, ਅਤੇ ਉਹਦਾ ਹਾਈਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਅੱਜ ਤੱਕ। ਅਤੇ ਪਰ ਇੰਨੇ ਗੈਂਗਸਟਰ ਹੋਣ ਦੇ ਬਾਵਜੂਦ ਹੁਣ ਦੇਖੋ ਤੁਸੀਂ ਐਡੇ ਏ ਕੈਟਾਗਰੀ, ਬੀ ਕੈਟਾਗਰੀ ਦੇ ਗੈਂਗਸਟਰ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ, ਅਤੇ ਉਹਦੇ ਫਿਰ ਵੀ ਉੱਥੇ ਮੋਬਾਈਲ ਮਿਲਣੇ, ਇਹਦਾ ਮਤਲਬ ਇਹ ਲੱਗਦਾ ਵੀ ਗੈਂਗਸਟਰ ਉੱਥੇ ਜਾਂ ਕੈਦੀ ਉੱਥੇ ਮੋਬਾਈਲ ਯੂਜ ਕਰਦੇ ਅੰਦਰ, ਇੱਥੇ ਜਿੰਮ ਲੱਗੇ ਹੋਣ ਦੇ ਬਾਵਜੂਦ ਵੀ। ਹਾਂਜੀ, ਅਤੇ ਇਸ ਸੰਬੰਧ ਵਿੱਚ ਅੱਗੇ ਵੀ ਤੁਸੀਂ ਸ਼ਿਕਾਇਤ ਕਰੋਗੇ? ਜੀ ਬਿਲਕੁਲ, ਮੈਂ ਆਰਟੀ ਦੀ ਕਾਪੀ ਨਾਲ ਲਗਾ ਕੇ ਸੀਐਮ ਆਫਿਸ ਨੂੰ ਅਤੇ ਡੀਜੀਪੀ ਪੰਜਾਬ ਜੀ ਨੂੰ, ਮਾਨ ਜੀ ਨੂੰ, ਉਹਨਾਂ ਨੂੰ ਦੋਨਾਂ ਨੂੰ ਸ਼ਿਕਾਇਤ ਕਰਕੇ ਇਹਨਾਂ ਦੀ ਬੰਦ ਦੀ ਜਾਂਚ ਪੜਤਾਲ ਕਰਨ ਲਈ ਸ਼ਿਕਾਇਤ ਕੀਤੀ ਜਾਊਗੀ। ਬਿਲਕੁਲ।